ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ 25 ਤਰੀਕ ਨੂੰ ਪੇਪਰ ਆ ਜੀ ਕਲਰਕ ਕੰਮ ਡਾਟਾ ਐਂਟਰੀ ਓਪਰੇਟਰ ਦਾ, ਅਤੇ ਜਿਨ੍ਹਾਂ ਵੀ ਕੈਂਡੀਡੇਟ ਨੇ ਅਪਲਾਈ ਕੀਤਾ ਜੀ ਉਹਨਾਂ ਨੇ ਵੈਸੇ ਤਾਂ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਲਏ ਹੋਣਗੇ ਜੀ, ਅਤੇ ਵੈਸੇ ਮੈਂ ਵੀਡੀਓ ਬਣਾਈ ਹੋਈ ਆ ਜੀ, ਐਡਮਿਟ ਕਾਰਡ ਡਾਊਨਲੋਡ ਕਰ ਦੀ, ਉਹ ਮੈਂ ਵੀਡੀਓ ਪਾ ਦਾਂਗਾ ਜੀ। ਬਾਕੀ ਐਗਜ਼ਾਮ ਦੇ ਰਿਗਾਰਡਿੰਗ ਇੰਸਟਰਕਸ਼ਨ ਆ ਜੀ ਜਿਹੜੀਆਂ ਜ਼ਰੂਰੀ ਨੇ, ਕਿਹੜੇ ਕਿਹੜੇ ਤੁਸੀਂ ਡਾਕੂਮੈਂਟ ਲੈ ਕੇ ਜਾਣੇ ਆ, ਕਿਉਂਕਿ ਬਹੁਤ ਸਾਰੇ ਦੇ ਮੈਸੇਜ ਆ ਰਹੇ ਸੀ ਜੇ ਮੰਨ ਲਓ ਸਾਡੀ ਕਿਸੇ ਦੀ ਫੋਟੋ ਵਗੈਰਾ ਨਹੀਂ ਹੈਗੀ ਜਾਂ ਕੋਈ ਗਲਤ ਛਪ ਗਈ ਕਿਸੇ ਹੋਰ ਦੀ ਛਪ ਗਈ, ਕੀ ਕਰੋਗੇ ਜੀ? ਤਾਂ ਫਿਰ ਤੁਸੀਂ ਗਜ਼ਟਡ ਆਫੀਸਰ 'ਤੇ ਸਾਈਨ ਕਰਾ ਕੇ ਜਾਣੇ ਆ ਜੀ, ਆਪਦੀ ਫੋਟੋ ਵਗੈਰਾ ਲਾ ਕੇ, ਠੀਕ ਆ ਜੀ? ਐਗਜ਼ਾਮ ਦੇ ਰਿਗਾਰਡਿੰਗ ਪੂਰੀ ਇਨਫੋਰਮੇਸ਼ਨ ਦੇਵਾਂਗਾ ਜੀ। ਪਹਿਲਾਂ ਤਾਂ ਤੁਹਾਡਾ ਇਹ ਕਿ ਐਗਜ਼ਾਮ ਦਾ ਲੋਕੇਸ਼ਨ ਕਿੱਥੇ ਆ ਜੀ, ਮਤਲਬ ਕਿ ਸੈਂਟਰ ਕਿੱਥੇ ਬਣਿਆ ਵਾ, ਉਹ ਤੋਂ ਬਾਅਦ ਸੈਂਟਰ ਦਾ ਨੇਮ ਆ ਜੀ ਜਿਸ ਤੁਹਾਡਾ ਪੇਪਰ ਹੋਣਾ ਵਾ, ਜਿਹੜਾ ਰਿਪੋਰਟਿੰਗ ਟਾਈਮ ਹੁੰਦਾ ਜੀ ਉਹ ਰਿਪੋਰਟਿੰਗ ਟਾਈਮ ਕਿ 9 ਵਜੇ ਤੁਹਾਡੀ ਐਂਟਰੀ ਸਟਾਰਟ ਹੋ ਜਾਣੀ ਆ ਜੀ। ਜਿੱਦਾਂ ਮੰਨ ਲਓ 11 ਵਜੇ ਮਤਲਬ ਕਿ ਪੇਪਰ ਸਟਾਰਟ ਆ ਜੀ, ਤਾਂ ਉਸ ਤੋਂ ਮਤਲਬ ਕਿ ਮੇ ਬੀ ਘੰਟਾ ਕੁ ਤੱਕ ਮਤਲਬ ਕਿ ਚੱਲੂਗੀ, ਜਿੱਦਾਂ 10 ਵਜੇ ਤੱਕ ਚੱਲੂਗੀ ਜਾਂ 10:30 ਤੱਕ ਤੁਹਾਡੀ ਐਂਟਰੀ ਚੱਲੂਗੀ ਜੀ, ਉਹ ਇੰਸਟਰਕਸ਼ਨ ਦੇ ਵਿੱਚ ਵੇਖ ਲੈਂਦੇ ਹਾਂ ਜੀ ਆਪਾਂ। ਅਤੇ ਬਾਕੀ ਇਹ ਕਿ ਤੁਹਾਨੂੰ 2 ਸੈੱਟ ਆਉਣਗੇ ਜੀ, ਇਹਦੇ ਵਿੱਚ ਦੱਸਿਆ ਵਾ, ਕਿਉਂਕਿ ਇਹ ਚੀਜ਼ ਪੜ੍ਹਨੀ ਜ਼ਰੂਰੀ ਆ ਕਿ ਤਾਂ ਜੋ ਤੁਹਾਨੂੰ ਪੇਪਰ ਦੇ ਵਿੱਚ ਕੋਈ ਦਿੱਕਤ ਨਾ ਆਵੇ, ਕਿਉਂਕਿ ਓਐਮਐਸ ਸ਼ੀਟ ਮਿਲ ਜਾਣੀ ਆ, ਪੇਪਰ 2 ਮਿਲ ਜਾਣੇ ਆ, ਤਾਂ ਤੁਹਾਨੂੰ ਪਤਾ ਹੋਊਗਾ ਕਿ ਆਹ ਪੇਪਰ ਕਿੱਦਾਂ ਕਰਨਾ, ਸਾਰਾ ਪਤਾ ਲੱਗ ਜਾਣਾ ਚਾਹੀਦਾ, ਫਿਰ ਹੀ ਉਹਦੇ ਅਕੋਰਡਿੰਗ ਆਪਾਂ ਕਰ ਸਕਦੇ ਹਾਂ। ਪਹਿਲਾਂ ਤਾਂ ਇਹ ਕਿ ਜਿਹੜੇ ਤੁਹਾਨੂੰ ਇੱਕ ਤੋਂ ਲੈ ਕੇ 100 ਸਵਾਲ ਆਉਣਗੇ ਜੀ, ਉਹ ਪਾਰਟ ਬੀ ਨਾਲ ਸੰਬੰਧਿਤ ਆ ਜੀ ਕਿ ਜਿਹਦੇ ਵਿੱਚ ਤੁਹਾਡੀ ਮੈਰਿਟ ਬਣਨੀ ਆ, ਠੀਕ ਆ ਜੀ? ਅਤੇ ਜਿਹੜੇ ਆਉਣਗੇ ਜੀ 121 ਤੋਂ ਲੈ ਕੇ 170 ਦੇ ਵਿੱਚ, ਉਹ ਪਾਰਟ ਏ ਦੇ ਵਿੱਚ ਆਉਣਗੇ, ਜਿਸ 'ਤੇ ਜਿਸ ਨੂੰ ਤੁਸੀਂ ਕੁਆਲੀਫਾਈ ਕਰ ਲਿਆ, ਮਤਲਬ ਕਿ 25 ਨੰਬਰ ਲੈਣੇ ਆ, ਠੀਕ ਆ ਜੀ? ਅਤੇ ਜਿਹੜਾ ਪਾਰਟ ਏ ਦਾ ਪੇਪਰ ਹੋਊਗਾ ਜਿਹੜਾ 121 ਤੋਂ ਲੈ ਕੇ 170 ਤੱਕ ਜਾਊਗਾ, ਉਹਦੀ ਕੋਈ ਨੈਗਟਿਵ ਮਾਰਕਿੰਗ ਨਹੀਂ ਆ। ਬਾਕੀ ਜਿਹੜਾ 1 ਤੋਂ ਲੈ ਕੇ 120 ਦੇ ਵਿੱਚ ਕੁਸ਼ਚਨ ਆਉਣਗੇ, ਉਹਦੀ ਨੈਗਟਿਵ ਮਾਰਕਿੰਗ ਹੈਗੀ ਆ ਜੀ। ਬਾਕੀ ਉਹਨਾਂ ਨੇ ਆਖਿਆ ਕਿ ਤੁਸੀਂ ਜਿਹੜਾ ਉੱਥੇ ਸੈਂਟਰ ਆ ਜੀ 2 ਘੰਟੇ ਪਹਿਲਾਂ ਪਹੁੰਚ ਜਾਣਾ ਜੀ, ਵੈਸੇ ਤਾਂ ਇਹ ਗੱਲ ਆਖੀ ਆ ਜੀ। ਅਤੇ ਉਮੀਦਵਾਰ ਆਪਣੀ ਸੀਟ 'ਤੇ ਬੈਠਣ ਲਈ ਜ਼ਰੂਰੀ ਬਣਾ ਗਈ ਬਾਇਓਮੈਟ੍ਰਿਕ, ਠੀਕ ਆ? ਵੈਸੇ ਆ ਕਿ ਉਤੋਂ ਉਹਨਾਂ ਆਖਿਆ ਕਿ 2 ਘੰਟੇ ਪਹਿਲਾਂ ਪਹੁੰਚੋ, ਠੀਕ ਆ ਜੀ? ਵੈਸੇ 11 ਵਜੇ ਪੇਪਰ ਸਟਾਰਟ ਹੋਣਾ, ਤੁਹਾਨੂੰ ਵੀ ਪਤਾ ਦੂਰ ਦੂਰ ਸੈਂਟਰ ਬਣਾਏ ਗਏ ਬੱਚਿਆਂ ਦੇ, ਬਹੁਤ ਦੂਰੋਂ ਦੂਰ ਆਉਣਾ, ਜਿੱਦਾਂ ਤਰਨ ਤਾਰਨ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਇਹਨਾਂ ਦੇ ਬੱਚਿਆਂ ਦੇ ਕਿਸੇ ਦੇ ਪਟਿਆਲੇ ਪਾਏ ਹੋਏ ਆ ਪੇਪਰ, ਕਿਸੇ ਦਾ ਸੰਗਰੂਰ ਪਾਇਆ ਹੋਇਆ ਵਾ, ਜਾਂ ਉੱਧਰ ਦੇ ਬੱਚਿਆਂ ਦਾ ਇੱਧਰ ਗੁਰਦਾਸਪੁਰ ਅੰਮ੍ਰਿਤਸਰ ਫਿਰੋਜ਼ਪੁਰ ਪਾਇਆ ਹੋਇਆ ਵਾ, ਤਾਂ ਬੱਚਿਆਂ ਨੂੰ ਬਹੁਤ ਸਾਰੀ ਦਿੱਕਤ ਆ। ਵੈਸੇ ਇੱਦਾਂ ਹੋਣੀ ਨਹੀਂ ਚਾਹੀਦੀ, ਕਿਉਂਕਿ ਹਰੇਕ ਬੱਚਾ ਕਿੱਦਾਂ ਐਫਰਟ ਕਰਕੇ ਆਊਗਾ ਇਹ ਬਾਰੇ ਸਰਕਾਰ ਨੂੰ ਜਾਣਨਾ ਜ਼ਰੂਰੀ ਆ। ਹਾਂ, ਨੀ ਆਪਣੀ ਅਲੱਗ ਲਈ ਕੋਈ ਡਿਸਟ੍ਰਿਕਟ ਆ ਉਹਦੇ ਵਿੱਚ ਬਣਾ ਦੇਣ, ਤਾਂ ਜੋ ਬੱਚੇ ਵੀ ਪਹੁੰਚ ਸਕਣ, ਤਾਂ ਇੱਦਾਂ ਦੀ ਖੱਜਲ ਖੁਆਰੀ ਤੋਂ ਬਚਾਉਣ। ਇੱਕ ਮਹਾਂ ਬੱਚੇ ਇੰਨੀ ਫੀਸ ਲਾ ਕੇ ਆਪਣੀ ਮਤਲਬ ਕਿ ਪੇਪਰ ਭਰਦੇ ਆ, ਅਤੇ ਉੱਤੋਂ ਸਰਕਾਰ ਮਤਲਬ ਕਿ ਤਾਂ ਉਹਨਾਂ ਨੂੰ ਦੂਰ ਦੂਰ ਪਾ ਦਿੰਦੀ ਆ, ਜਿੱਥੇ ਉਹਨਾਂ ਦਾ ਆਉਣ ਜਾਣ ਦਾ ਖਰਚਾ ਰਹਿਣ ਦਾ ਬੜਾ ਔਖਾ ਹੋ ਜਾਂਦਾ ਜੀ, ਮਤਲਬ ਕਿ ਹਰਾਸਮੈਂਟ ਹੁੰਦੀ ਇੱਕ ਹਿਸਾਬ ਦੀ। ਅਤੇ ਬਾਕੀ ਹੈ ਕਿ ਤੁਸੀਂ ਇੱਕ ਐਡਮਿਟ ਕਾਰਡ ਲੈ ਕੇ ਜਾਣਾ ਜੀ, ਠੀਕ ਆ ਜੀ? ਅਤੇ ਨਾਲ ਤੁਸੀਂ ਆਪਣੀ ਇੱਕ ਫੋਟੋ ਲੈ ਕੇ ਜਾਣੀ ਆ, ਠੀਕ ਆ? ਨਾਲ ਆਪਣਾ ਵੈਲਿਡ ਆਈ ਡੀ ਪਰੂਫ, ਵੈਸੇ ਕੋਈ ਵੀ ਲੈ ਜਾ ਸਕਦੇ, ਆਧਾਰ ਕਾਰਡ ਹੋ ਗਿਆ, ਪੈਨ ਕਾਰਡ ਹੋ ਗਿਆ, ਡਰਾਈਵਿੰਗ ਲਾਇਸੈਂਸ ਹੋ ਗਿਆ, ਪਾਸਪੋਰਟ ਹੋ ਗਿਆ, ਜਾਂ 10ਵੀਂ ਦੀ ਆਪਣੀ ਮਾਰਕਸ਼ੀਟ, ਉਹ ਵੀ ਲੈ ਜਾ ਸਕਦੇ ਹੋ, ਠੀਕ ਆ ਜੀ? ਬਾਕੀ ਹੈ ਕਿ ਜੇ ਤੁਸੀਂ 2 ਪਰੂਫ ਲੈ ਜਾਓਗੇ ਤਾਂ ਬੈਟਰ ਹੋਗੇ, ਠੀਕ ਆ? ਕਿ ਯਾਰ ਇੱਕ ਅਸੈਪਟ ਨਾ ਕਰਨਗੇ ਤਾਂ ਦੂਜਾ ਤੁਹਾਡੇ ਤੋਂ ਹੋਊਗਾ ਜੀ, ਤਾਂ ਉਹਦੀ ਫੋਟੋ ਕਾਪੀ ਨਹੀਂ ਚੱਲਣੀ। ਅਤੇ ਤੁਸੀਂ ਉੱਥੇ ਪੇਪਰ ਦੇ ਵਿੱਚ ਕੋਈ ਮੋਬਾਈਲ ਫੋਨ ਜਾਂ ਕੁਛ ਵੀ ਗੈਜਟ, ਇਲੈਕਟ੍ਰੋਨਿਕਸ, ਕੈਲਕੂਲੇਟਰ ਵਗੈਰਾ ਕੁਛ ਨਹੀਂ ਲੈ ਜਾ ਸਕਦੇ, ਨਾ ਬੈਲਟ ਵਗੈਰਾ, ਠੀਕ ਆ ਜੀ? ਜੋ ਮਤਲਬ ਕਿ ਅਲਾਓ ਆਪਣੇ ਧਰਮ ਦੇ ਵਿੱਚ ਕਕਾਰ ਵਗੈਰਾ ਉਹ ਪਾ ਸਕਦੇ ਹੋ, ਜਾਂ ਕੜਾ ਹੋ ਗਿਆ, ਠੀਕ ਆ? ਇਸ ਗੁਰਸਿੱਖ ਜਿਹੜੇ ਬੰਦੇ ਹੈਗੇ ਆ ਜੀ, ਆਪਣੇ ਅਮਰ ਛਕਿਆ ਜਿੰਨਾ ਹੁੰਦਾ ਵਾ, ਉਹ ਆਪਣੀ ਜੋ ਵੀ ਮਾਣ ਮਰਿਆਦਾ ਦੇ ਅਕੋਰਡਿੰਗ ਚੀਜ਼ਾਂ ਹੁੰਦੀਆਂ ਨੇ ਉਹ ਪਾ ਸਕਦੇ ਆ, ਠੀਕ ਆ? ਜਿੱਦਾਂ ਮੰਗਲ ਸੂਤਰ ਹੁੰਦਾ ਕੁੜੀਆਂ ਦਾ, ਉਹ ਪਾ ਸਕਦੇ। ਬਾਕੀ ਕੋਈ ਛਾਪਾਂ ਛੱਲੇ ਵਗੈਰਾ ਨਹੀਂ ਪਾ ਹੈਗੇ, ਜਾਂ ਚੈਨ ਵਗੈਰਾ ਇਹ ਨਹੀਂ ਪਾ ਸਕਦੇ ਆਪਾਂ ਜੀ, ਕੋਈ ਵੀ ਇੱਦਾਂ ਦਾ ਕੋਈ ਨਸ਼ਾ ਵਗੈਰਾ ਕਰਕੇ ਨਾ ਜਾਓ, ਉਹਨਾਂ ਕਿਹਾ ਅਲਾਓ ਨਹੀਂ ਕੀਤਾ ਜਾਊਗਾ। ਬਾਕੀ ਕਿ ਉੱਥੇ ਬਾਹਰ ਵੈਸੇ ਤਾਂ ਕਾਲਜ ਜਾਂ ਸਕੂਲ ਜਿੱਥੇ ਪੇਪਰ ਹੋਊਗਾ ਜੀ, ਵੈਸੇ ਤਾਂ ਉਹ ਅਲਾਓ ਕਰ ਦੇਣਗੇ, ਜਾਂ ਕੋਈ ਬੰਦੇ ਨੂੰ ਭਾ ਦੇਣਗੇ ਕਿ ਤੁਹਾਡਾ ਪੇਪਰ ਹੋ ਜਾਵੇ, ਤਾਂ ਜੋ ਬੱਚੇ ਦੂਰੋਂ ਦੂਰੋਂ ਆਏ ਹੋਣਗੇ ਕਿ ਬੱਚਿਆਂ ਦੀ ਸੇਫਟੀ ਲਈ ਸਮਾਨ ਉਹਨਾਂ ਦਾ ਜਮ੍ਹਾਂ ਕਰ ਲੈਣਗੇ, ਠੀਕ ਆ ਜੀ? ਬਾਕੀ ਹੈ ਕਿ ਉੱਥੇ ਤੁਹਾਨੂੰ ਨਾ ਪੈਨ ਦਿੱਤਾ ਜਾਣਾ ਵਾ ਜੀ, ਠੀਕ ਆ ਜੀ? ਪੈਨ ਨੀਲਾ ਅਤੇ ਕਾਲਾ, ਅਤੇ ਵੈਸੇ ਉੱਥੇ ਤੁਹਾਨੂੰ ਦਿੱਤਾ ਜਾਊ, ਪ੍ਰੋਵਾਈਡ ਕੀਤਾ ਜਾਊਗਾ ਜੀ ਸੈਂਟਰ ਦੇ ਵਿੱਚ। ਅਤੇ ਤੁਹਾਨੂੰ ਇੱਕ ਗੱਲ ਹੋਰ ਦੱਸਾਂਗੀ, ਜਿਹੜੀ ਤੁਹਾਡੀ ਓਮ ਸ਼ੀਟ ਦਾ ਜੀ, ਉਹਦੀ ਕਾਰਬਨ ਕਾਪੀ ਤੁਹਾਨੂੰ ਮਿਲ ਜਾਣੀ ਆ, ਠੀਕ ਆ? ਮਤਲਬ ਕਿ ਤੁਹਾਡੀ ਜਿਹੜੀ ਆਂਸਰ ਕੀ ਦੀ ਤੁਸੀਂ ਜਿਹੜਾ ਆਂਸਰ ਲਾਏ ਹੋਣਗੇ, ਉਹਦੀ ਕਾਰਬਨ ਕਾਪੀ ਨਾਲ ਹੀ ਤੁਹਾਨੂੰ ਮਿਲ ਜਾਣੀ ਆ। ਅਤੇ ਜਿਹੜਾ ਕੁਸ਼ਚਨ ਪੇਪਰ ਹੋਊਗਾ, ਉਹਦੇ ਮਤਲਬ ਕਿ ਐਂਡ 'ਤੇ ਹੀ ਮਤਲਬ ਕਿ ਰਫ ਕੰਮ ਲਈ ਤੁਸੀਂ ਮਤਲਬ ਕਿ ਉਹ ਵਰਤ ਸਕਦੇ ਹੋ ਜੀ, ਰਫ ਕੰਮ ਲਈ ਪੇਜ ਵਗੈਰਾ ਨਹੀਂ ਦਿੱਤਾ ਜਾਣਾ, ਤੁਸੀਂ ਉਹਦੇ 'ਤੇ ਬੈਕ ਸਾਈਡ ਨਾਲ ਖਾਲੀ ਪੇਜ ਹੋਊਗਾ, ਉੱਥੇ ਤੁਸੀਂ ਮਤਲਬ ਕਿ ਆਪਣੇ ਕੋਈ ਸਮ ਵਗੈਰਾ ਕੱਢਣਾ ਚਾਹੁੰਦੇ ਕਰ ਸਕਦੇ ਹੋ। ਅਤੇ ਇੱਕ ਪ੍ਰਸ਼ਨ ਆ ਜੀ, ਉਸ ਤੋਂ ਵੱਧ ਡਾਰਕ ਨਹੀਂ ਉਹਦੇ ਕਰਨੇ ਜੀ, ਜਿੱਦਾਂ ਮਤਲਬ ਤੁਸੀਂ ਇੱਕ ਆਂਸਰ ਦਾ ਇੱਕ ਵੀ ਲਾ, ਇਹ ਵੀ ਆਂਸਰ ਗੱਲ ਡਾਰਕ ਕਰਤਾ, ਬੀ ਵੀ ਕਰਤਾ, ਇਹ ਗਲਤ ਮੰਨਿਆ ਜਾਣਾ ਜੀ। ਇਹ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦਾ, ਸਭ ਤੋਂ ਜ਼ਰੂਰੀ ਗੱਲ, ਜਿਹੜੇ ਤੁਸੀਂ ਆਂਸਰ 'ਤੇ ਗੋਲੇ ਡਾਰਕ ਕਰ ਰਹੇ ਹੋ, ਜੋ ਪੂਰੇ ਡਾਰਕ ਹੋਣੇ ਚਾਹੀਦੇ ਆ, ਜੇ ਮਤਲਬ ਡਾਰਕ ਨਹੀਂ ਹੁੰਦੇ ਜੀ,
ਤਾਂ ਕਈ ਕੈਂਡੀਡੇਟਸ ਨੇ ਉਹ ਉਵੇਂ ਸੀਟਾਂ ਚੈੱਕ ਕੀਤੀਆਂ ਨੇ, ਠੀਕ ਆ, ਕਿਉਂਕਿ ਜਿਨ੍ਹਾਂ ਨੇ ਮਿਹਨਤ ਕੀਤੀ ਉਹ ਚੀਜ਼ਾਂ ਬਹੁਤ ਦੇਖਦੇ ਆ, ਉਹਨਾਂ ਨੇ ਦੇਖਿਆ ਵਾ, ਉਹ ਕਹਿੰਦੇ ਅਸੀਂ ਇਸ ਚੀਜ਼ ਨੂੰ ਰੇਟ ਲਗਾਉਣੀ ਆ, ਕੁਛ ਵੀ ਕਰਨਾ, ਉਹ ਤਾਂ ਚਲੋ ਉਹਨਾਂ 'ਤੇ ਡਿਪੈਂਡ ਆ ਕਿ ਇਹ ਚੀਜ਼ ਨੂੰ ਵੀ ਦੇਖਦੇ ਪਏ ਆ, ਤਾਂ ਜੋ ਇਹ ਹੋਵੇ ਨਾ ਕਿ ਤੁਹਾਡੀ ਮਿਹਨਤ ਦਾ ਕੋਈ ਮੁੱਲ ਨਾ ਪਵੇ। ਬਾਕੀ ਇਹ ਕਿ ਓਵੇਂ ਸ਼ੀਟ ਪੇਪਰ ਹੋਊਗਾ ਜੀ ਤੁਹਾਡਾ, ਚਾਰ ਮਤਲਬ ਕਿ ਆਪਸ਼ਨ ਦਿੱਤੇ ਹੋਣਗੀਆਂ, ਐਮ ਸੀ ਓ ਬੇਸ ਪੇਪਰ ਹੋਣਾ ਜੀ, ਅਤੇ ਚਾਰ ਸੈੱਟ ਦੇ ਵਿੱਚ ਪੇਪਰ ਹੋਊਗਾ ਜੀ। ਜੇ ਮਤਲਬ ਤੁਸੀਂ ਕੁਛ ਜਿਹੜੇ ਓਵੇਂ ਸ਼ੀਟ ਮਿਲ ਰਹੀ ਹੋ ਤਾਂ ਤੁਸੀਂ ਆਪਣਾ ਕੋਡ ਨਹੀਂ ਲਿਖਦੇ ਜੀ, ਤੁਹਾਡੀ ਪਾਤਰਤਾ ਰੱਦ ਹੋ ਜੂਗੀ ਜੀ, ਅਤੇ ਤੁਹਾਨੂੰ ਕੋਈ ਮਾਰਕਸ ਨਹੀਂ ਮਿਲਣਗੇ ਇੱਦਾਂ। ਅਤੇ ਜੇ ਮੰਨ ਲਓ ਇੱਦਾਂ ਤੁਸੀਂ ਓਵੇਂ ਸ਼ੀਟ ਨਹੀਂ ਲਿਖਦੇ ਅਤੇ ਤੁਹਾਨੂੰ ਨੰਬਰ ਵਗੈਰਾ ਦੇ ਦਿੰਦੀ ਆ, ਜੇ ਕੋਈ ਵੀ ਅੱਗੇ ਉਹਦੇ ਰਿਗਾਰਡਿੰਗ ਕੋਈ ਰੇਟ ਵਗੈਰਾ ਪਾ ਦੇ, ਤੁਹਾਡੇ ਉਹ ਪੇਪਰ ਨੰਬਰ ਜਿਹੜੇ ਹੁੰਦੇ ਕੈਂਸਲ ਹੋ ਜਾਂਦੇ ਆ। ਅਤੇ ਕੋਈ ਵੀ ਕੈਂਡੀਡੇਟ ਜਿੰਨਾ ਚਿਰ ਸੁਪਰਡੈਂਟ ਜਿਹੜਾ ਉੱਥੋਂ ਹੈਗਾ ਜੀ, ਉਹ ਅਲਾਊ ਨਾ ਕਰੋਗਾ, ਉਹ ਚਿਰ ਬਾਹਰ ਨਹੀਂ ਆ ਸਕਦਾ ਜੀ, ਠੀਕ ਆ। ਜਿਹੜੇ ਵੀ ਮਤਲਬ ਕਿ ਉਹਨੇ ਸੀਟ ਨਿਰਧਾਰਤ ਕੀਤੀ ਜਾਊਗੀ ਜੀ, ਉੱਥੇ ਹੀ ਬੈਠਾ ਰਹੂਗਾ ਜੀ ਕੈਂਡੀਡੇਟਸ, ਅਤੇ ਬਦਲੀ ਨਹੀਂ ਜਾਊਗੀ ਜੀ ਸੀਟ ਵਗੈਰਾ। ਅਤੇ ਬਾਕੀ ਇਹ ਕਿ ਤੁਸੀਂ ਕੋਈ ਵੀ ਓਵੇਂ ਸ਼ੀਟ 'ਤੇ ਕੋਈ ਕੱਟ ਵਾਰ ਨਹੀਂ ਕਰਨੀ ਜੀ, ਨਾ ਉਹਦਾ ਤੁਹਾਨੂੰ ਮਤਲਬ ਕਿ ਨੰਬਰ ਮਿਲਣਾ ਵਾ, ਇਹਦੇ ਨਾਲ ਤੁਹਾਡਾ ਰਿਜ਼ਲਟ ਪ੍ਰਭਾਵਿਤ ਹੋਊਗਾ ਜੀ, ਠੀਕ ਆ। ਕੋਈ ਵੀ ਜਾਂਚ ਵਗੈਰਾ ਜੇ ਤੁਹਾਨੂੰ ਪਾ ਸਕਦੇ ਆ ਜੀ। ਅਤੇ ਆਹ ਹੈਗੇ ਆ ਜੀ ਇੰਸਟਰਕਸ਼ਨ ਵਗੈਰਾ, ਅਤੇ ਇਹਦੇ ਰਿਗਾਰਡਿੰਗ ਜੇ ਕੋਈ ਤੁਹਾਨੂੰ ਡਾਊਟ ਆ ਜੀ, ਕਮੈਂਟ ਬੋਕਸ ਮੈਸੇਜ ਕਰ ਸਕਦੇ ਹੋ ਜੀ। ਅਤੇ ਬਾਕੀ ਹੈ ਕਿ ਤੁਸੀਂ ਆਪਣਾ ਐਡਮਿਟ ਕਾਰਡ ਲੈ ਕੇ ਜਾਣਾ, ਤੁਸੀਂ ਬਲੈਕ ਐਂਡ ਵਾਈਟ ਵੀ ਲਿਜਾ ਸਕਦੇ ਹੋ, ਕਲਰਫੁੱਲ ਵੀ ਲਿਜਾ ਸਕਦੇ ਹੋ, ਤੁਹਾਡੇ 'ਤੇ ਡਿਪੈਂਡ ਆ, ਠੀਕ ਆ ਜੀ। ਅਤੇ ਆਪਣਾ ਆਈਡੀ ਪਰੂਫ ਲੈ ਕੇ ਜਾਣਾ ਵਾ, ਇੱਕ ਫੋਟੋ ਨਾਲ ਲੈ ਜਾਣੀ ਆ, ਅਤੇ ਐਗਜ਼ਾਮ ਦੇਣ ਜਾਓ ਜੀ। ਆਲ ਦੀ ਬੈਸਟ, ਵਾਹਿਗੁਰੂ ਮੇਰੇ ਕਰੇ ਵਧੀਆ ਵਧੀਆ ਐਗਜ਼ਾਮ ਹੋਣ ਸਕਦੇ, ਅਤੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਲਓ ਜੀ।